ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ, ਅਤੇ ਕੀ ਹਾਲ ਚਾਲ ਹੈ ਜੀ। ਅੱਜ ਦੀ ਜਿਹੜੀ ਗੱਲਬਾਤ ਹੈਗੀ ਹੈ ਉਹ ਹੈ ਡੀਜ਼ਲ ਪੈਟਰੋਲ ਦੀਆਂ ਲਗਾਤਾਰ ਘੱਟ ਰਹੀਆਂ ਕੀਮਤਾਂ, ਜਿਹੜੀਆਂ ਕਿ ਪਿਛਲੇ 10 ਦਿਨ ਦੇ ਵਿੱਚ ਹੀ 1.5 ਰੁਪਇਆ ਪ੍ਰਤੀ ਲੀਟਰ ਘੱਟ ਚੁੱਕੀਆਂ ਨੇ, ਅਤੇ ਇਹਨਾਂ ਦਾ ਇੰਨਾ ਜ਼ਿਆਦਾ ਹੇਠਾਂ ਰੇਟ ਆ ਸਕਦਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਅਜਿਹਾ ਵੱਖੋ ਵੱਖ ਜਿਹੜੇ ਸਮਾਚਾਰ ਹੈ ਜਾਂ ਵੱਖੋ ਵੱਖ ਵੈਬਸਾਈਟਾਂ ਨੇ, ਸਮਾਚਾਰ ਏਜੰਸੀਆਂ ਨੇ, ਉਹਨਾਂ ਤੋਂ ਮਿਲ ਰਹੀਆਂ ਖਬਰਾਂ ਦੇ ਮੁਤਾਬਕ ਅਜਿਹਾ ਹੀ ਕੁਝ ਹੋਣ ਜਾ ਰਿਹਾ ਆਉਣ ਵਾਲੇ ਦਿਨਾਂ ਦੌਰਾਨ। ਜਿਹੜਾ ਕੋਰੋਨਾ ਨਾਮ ਦਾ ਜਿਹੜਾ ਵਾਇਰਸ ਫੈਲ ਚੁੱਕਿਆ ਪੈਟਰੋਲ ਅਤੇ ਡੀਜ਼ਲ ਦੇ ਵਿੱਚ, ਉਸ ਦੇ ਕਾਰਨ ਭਾਰੀ ਗਿਰਾਵਟ ਆ ਸਕਦੀ ਹੈ। ਅਤੇ ਹੁਣ ਤੁਹਾਨੂੰ ਪੂਰਾ ਵੇਰਵਾ ਦਿੰਦੇ ਹਾਂ, ਦਰਅਸਲ ਹੋ ਕੀ ਰਿਹਾ ਅਤੇ ਹੁਣ ਤੱਕ ਕਿੰਨੀ ਦੁਨੀਆ ਦਾ ਨੁਕਸਾਨ ਹੋ ਚੁੱਕਿਆ, ਕਿੰਨੇ ਲੋਕ ਮਰ ਚੁੱਕੇ ਨੇ ਅਤੇ ਕਿੰਨੇ ਹਸਪਤਾਲਾਂ ਦੇ ਵਿੱਚ ਦਾਖਲ ਨੇ। ਕੋਰੋਨਾ ਵਾਇਰਸ ਦਾ ਪ੍ਰਭਾਵ ਜਿਹੜਾ ਹੈ ਉਹ ਤੇਲ ਬਾਜ਼ਾਰ 'ਚ ਖਾਸਾ ਹੀ ਵੇਖਣ ਨੂੰ ਮਿਲ ਰਿਹਾ। ਕੱਚੇ ਤੇਲ ਦੀ ਭਾਰੀ ਸਪਲਾਈ ਦੇ ਵਿਚਕਾਰ ਜਿਹੜਾ ਕੋਰੋਨਾ ਵਾਇਰਸ ਹੈ ਉਸ ਦੇ ਡਰ ਦੇ ਕਾਰਨ ਜਿਹੜੀ ਇਹ ਮੰਗ ਉਹ ਪ੍ਰਭਾਵਿਤ ਹੋਣ ਲੱਗੀ ਹੈ ਅਤੇ ਇਸ ਦੀ ਚਿੰਤਾ ਵੱਧਦੀ ਜਾ ਰਹੀ ਹੈ, ਜਿਸ ਦੇ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਇਸ ਨਾਲ ਪਿਛਲੇ 13 ਦਿਨਾਂ 'ਚ ਹੀ ਲਗਭਗ ਜਿਹੜਾ 1.5 ਰੁਪਏ ਤੋਂ ਪ੍ਰਤੀ ਲੀਟਰ ਜਿਹੜਾ ਵੱਧ ਰੇਟ ਘੱਟ ਚੁੱਕਿਆ ਹੈ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦਾ, ਅਤੇ ਇਹ ਲਗਾਤਾਰ ਕਮੀ ਜਿਹੜੀ ਇਹ ਜਾਰੀ ਹੈ। ਇਸੇ ਹਫ਼ਤੇ ਹੁਣ ਤੱਕ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੱਚਾ ਤੇਲ ਤਕਰੀਬਨ 5% ਡਿੱਗ ਕੇ ਲਗਭਗ $60 ਪ੍ਰਤੀ ਬੈਲਰ 'ਤੇ ਆ ਚੁੱਕਿਆ, ਅਤੇ ਇੱਕ ਦ ਮੇਲ ਦੀ ਰਿਪੋਰਟ ਅਨੁਸਾਰ ਚੀਨ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਇਹ ਵਾਇਰਸ ਪਾਇਆ ਗਿਆ, ਜਿੱਥੋਂ ਪਤਾ ਲੱਗਿਆ, ਇੱਕ ਵਿਗਿਆਨਿਕ ਨੇ ਪਤਾ ਲਗਾਇਆ, ਅਤੇ ਇਸ ਦੇ ਕਾਰਨ ਚਾਈਨਾ ਜਿਹੜਾ ਉਹ ਲਗਾਤਾਰ ਪਿਛਲੇ 10 ਦਿਨਾਂ ਤੋਂ ਇੰਨੀ ਤੇਜ਼ੀ ਨਾਲ ਆਪਣੇ ਦੇਸ਼ ਵਿੱਚ ਨਵੇਂ ਹਸਪਤਾਲ ਬਣਾ ਰਿਹਾ ਕਿ ਕੋਈ ਸੋਚ ਵੀ ਨਹੀਂ ਸਕਦਾ। ਜਿਵੇਂ ਤੁਸੀਂ ਇਹਨਾਂ ਪਿਕਚਰਾਂ ਦੇ ਵਿੱਚ ਵੀ ਵੇਖ ਰਹੇ ਹੋ, ਲਗਾਤਾਰ 100-100 JCB ਮਸ਼ੀਨਾਂ ਜਿਹੜੀਆਂ ਨੇ ਨੀਹਾਂ ਪੱਟਣ 'ਤੇ ਲੱਗੀਆਂ ਹੋਈਆਂ ਨੇ। ਇਹ ਵਾਇਰਸ ਹੁਣ ਤੱਕ 1300 ਤੋਂ ਵੱਧ ਲੋਕਾਂ ਨੂੰ ਸੰਕਰਮਿਤ ਅਤੇ 41 ਲੋਕਾਂ ਦੀ ਜਾਨ ਲੈ ਚੁੱਕਿਆ, ਅਤੇ ਘੱਟੋ ਘੱਟ 7 ਹੋਰ ਦੇਸ਼ਾਂ 'ਚ ਇਸ ਦੇ ਫੈਲਣ ਦੀ ਖਬਰ ਹੈ। ਬਾਜ਼ਾਰ ਨੂੰ ਡਰ ਹੈ ਕਿ ਇਸ ਪ੍ਰਕੋਪ ਨਾਲ ਯਾਤਰਾ ਤੇਲ ਦੀ ਮੰਗ ਅਤੇ ਚੀਨ ਦੇ ਆਰਥਿਕ ਵਿਕਾਸ ਨੂੰ ਜਿਹੜਾ ਉਹ ਝਟਕਾ ਲੱਗੇਗਾ। ਚੀਨ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵੱਧ ਰਿਹਾ ਤੇਲ ਖਪਤਕਾਰ ਦੇਸ਼ ਹੈ। ਕੋਰੋਨਾ ਵਾਇਰਸ ਫੈਲਣ ਦੇ ਡਰੋਂ ਚੀਨ ਨੇ ਵੁਹਾਨ ਸਣੇ 17 ਸ਼ਹਿਰਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ, ਜਿਸ ਕਾਰਨ 4.25 ਕਰੋੜ ਲੋਕ ਘਰਾਂ ਦੇ ਅੰਦਰ ਹੀ ਰਹਿਣਗੇ। ਮਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਯਾਤਰਾ 'ਚ ਕਮੀ ਹੋਣ ਨਾਲ ਤੇਲ ਦੀ ਮੰਗ ਘੱਟ ਜਾਵੇਗੀ, ਜਿਸ ਕਾਰਨ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਜਾਰੀ ਰਹਿਣ ਦੀ ਸੰਭਾਵਨਾ ਹੈ। ਉੱਧਰ ਇਰਾਨ, ਇਰਾਕ, ਸਾਊਦੀ ਅਰਬ ਅਤੇ ਅਮੈਰੀਕਾ ਵਗੈਰਾ ਦੇਸ਼ਾਂ ਦੇ ਆਪਸੀ ਜਿਹੜੀ ਸੂਝਬੂਝ ਦੀ ਕਮੀ ਜਾਂ ਹੋਰ ਕਈ ਕਾਰਨਾਂ ਦੇ ਕਾਰਨ ਜਿਹੜੇ ਪਹਿਲਾਂ ਹੀ ਕਾਫੀ ਜ਼ਿਆਦਾ ਤਣਾਅ ਚੱਲ ਰਿਹਾ, ਅਤੇ ਲਗਾਤਾਰ ਜਿਸਦਾ ਇਰਾਨ ਨੂੰ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਨੁਕਸਾਨ ਝੱਲਣਾ ਪੈ ਰਿਹਾ। ਇਹ ਵੀ ਯਾਦ ਰੱਖਣ ਯੋਗ ਹੈ ਕਿ ਭਾਰਤ ਸਭ ਤੋਂ ਜ਼ਿਆਦਾ ਤੇਲ ਜਿਹੜਾ ਉਹ ਇਰਾਨ ਦੇਸ਼ਾਂ ਤੋਂ ਮੰਗਵਾਉਂਦਾ, ਅਤੇ ਭਾਰਤ ਦਾ ਜਿਹੜਾ ਖੁਦ ਦਾ ਤੇਲ ਉਤਪਾਦਨ ਦੀ ਸਮਰੱਥਾ ਹੈ ਉਹ ਦੇਸ਼ ਦੀ 25% ਮੰਗ ਨੂੰ ਪੂਰਾ ਕਰਦੀ ਹੈ। ਬਾਜ਼ਾਰ ਦੇ ਮਹਿਰਾਂ ਦੇ ਮੁਤਾਬਕ ਕੋਰੋਨਾ ਵਾਇਰਸ ਦਾ ਪਰਛਾਵਾਂ ਆਉਣ ਵਾਲੇ ਦਿਨਾਂ 'ਚ ਤੇਲ ਦੇ ਬਾਜ਼ਾਰ 'ਤੇ ਛਾਇਆ ਰਹੇਗਾ। ਵਿਸ਼ਵ ਦੇ ਸਿਹਤ ਸੰਗਠਨ WHO ਨੇ ਇਸ ਸਥਿਤੀ ਨੂੰ ਐਮਰਜੈਂਸੀ ਕਰਾਰ ਦੇ ਦਿੱਤਾ ਹੈ। ਆਓ ਹੁਣ ਜਾਣਦੇ ਹਾਂ ਕੋਰੋਨਾ ਵਾਇਰਸ ਬਾਰੇ। ਕੋਰੋਨਾ ਵਾਇਰਸ ਦੇ ਕਾਰਨ ਬੁਖਾਰ, ਜ਼ੁਕਾਮ, ਸਾਹ ਚੜ੍ਹਨਾ, ਨੱਕ ਵਗਣਾ, ਭੁੱਖ ਨਾ ਲੱਗਣਾ, ਗਲੇ 'ਚ ਖਰਾਸ਼ ਵਰਗੀਆਂ ਸਮੱਸਿਆਵਾਂ ਹੁੰਦੀਆਂ ਨੇ। ਇਹ ਨਮੂਨੀਆ ਦਾ ਕਾਰਨ ਵੀ ਬਣ ਸਕਦਾ। ਹਾਂਗਕਾਂਗ ਦੀ ਯੂਨੀਵਰਸਿਟੀ ਦੇ ਸਕੂਲ ਆਫ ਪਬਲਿਕ ਹੈਲਥ ਦੇ ਵਾਇਰੋਲੋਜਿਸਟ ਲੀਓ ਪੂਨ, ਜਿਨ੍ਹਾਂ ਨੇ ਪਹਿਲਾਂ ਇਸ ਵਾਇਰਸ ਨੂੰ ਡੀਕੋਡ ਕੀਤਾ ਸੀ, ਉਹਨਾਂ ਦਾ ਕਹਿਣਾ ਹੈ ਕਿ ਇਹ ਸ਼ਾਇਦ ਕਿਸੇ ਜਾਨਵਰ ਤੋਂ ਪੈਦਾ ਹੋਇਆ ਹੋਣਾ ਹੈ ਅਤੇ ਹੁਣ ਇਹ ਮਨੁੱਖਾਂ ਵਿੱਚ ਬੜੇ ਤੇਜ਼ੀ ਨਾਲ ਫੈਲ ਰਿਹਾ। ਹੁਣ ਤੱਕ ਕੋਰੋਨਾ ਦਾ ਕੋਈ ਇਲਾਜ ਵੀ ਨਹੀਂ ਅਤੇ ਨਾ ਹੀ ਇਸ ਦੀ ਕੋਈ ਦਵਾਈ ਬਣੀ ਹੈ। ਇਸ ਵਾਇਰਸ ਦੇ ਕਾਰਨ ਬਿਮਾਰ ਬੰਦੇ ਨਾਲ ਸੰਪਰਕ 'ਚ ਆਉਣ 'ਤੇ ਇਹ ਹੋ ਸਕਦਾ, ਬੱਚੇ ਅਤੇ ਬਜ਼ੁਰਗ ਇਸ ਦੀ ਲਪੇਟ 'ਚ ਆ ਸਕਦੇ ਨੇ। ਇਸੇ ਤਰ੍ਹਾਂ ਦੇ ਖਤਰੇ ਨੂੰ ਹੀ ਵੇਖਦੇ ਹੋਇਆਂ ਜਿਹੜਾ ਚਾਈਨਾ ਦੇਸ਼ ਹੈ ਉਸ ਨੇ ਬੜੀ ਤੇਜ਼ੀ ਨਾਲ ਆਪਣੇ ਦੇਸ਼ ਦੇ ਵਿੱਚ ਹਸਪਤਾਲ ਬਣਾਉਣੇ ਸ਼ੁਰੂ ਕਰ ਦਿੱਤੇ ਨੇ। ਲੋਕਾਂ ਨੂੰ ਲਗਾਤਾਰ ਉਹਨਾਂ ਹਸਪਤਾਲਾਂ ਦੇ ਵਿੱਚ ਬੜੀ ਤੇਜ਼ੀ ਨਾਲ ਭਰਤੀ ਕਰਵਾਇਆ ਜਾ ਰਿਹਾ, ਪਰ ਇੱਥੇ ਜਿਹੜੀ ਸਭ ਤੋਂ ਵੱਡੀ ਮੁਸੀਬਤ ਉਹ ਇਹ ਖੜੀ ਹੋ ਚੁੱਕੀ ਹੈ ਕਿ ਜਿਹੜੇ ਚਾਈਨਾ ਦੇ ਨਾਲ ਲੱਗਦੇ ਦੇਸ਼ ਨੇ ਜਾਂ ਫਿਰ ਚਾਈਨਾ ਤੋਂ ਜਿਹੜੇ ਯਾਤਰਾ ਕਰਕੇ ਇੱਧਰੋਂ ਉੱਧਰ ਉੱਧਰੋਂ ਇੱਧਰ ਜਾਂਦੇ ਨੇ, ਉਹਨਾਂ ਦੇ ਕਾਰਨ ਇਹ ਸੰਸਾਰ 'ਚ ਫੈਲ ਸਕਦਾ। ਅਤੇ ਜਿਵੇਂ ਕੈਂਸਰ, ਡੇਂਗੂ ਅਤੇ ਹੋਰ ਬਹੁਤ ਜ਼ਿਆਦਾ ਵਾਇਰਸ ਹਨ ਜਿਨ੍ਹਾਂ ਦਾ ਬੜੀ ਦੇਰ ਨਾਲ ਪਤਾ ਲੱਗਿਆ ਸੀ, ਜਿਸ ਦੇ ਕਾਰਨ ਕਰੋੜਾਂ ਜਾਨਾਂ ਚਲੀਆਂ ਗਈਆਂ ਨੇ, ਕਿਤੇ ਅਜਿਹਾ ਕਾਰਨ ਇੱਧਰ ਜੇ ਹੋ ਗਿਆ ਤਾਂ ਇਸ ਦੇ ਨਾਲ ਬੜੀ ਵੱਡੀ ਜਿਹੜੀ ਇਹ ਆਰਥਿਕਤਾ ਨੂੰ ਸੱਟ ਤਾਂ ਵੱਜੇਗੀ, ਉੱਥੇ ਕੀਮਤੀ ਜਾਨਾਂ ਵੀ ਜਾਣਗੀਆਂ ਜਦੋਂ ਤੱਕ ਇਸ ਦਾ ਇਲਾਜ ਜਿਹੜਾ ਬਾਜ਼ਾਰ ਦੇ ਵਿੱਚ ਉਪਲਬਧ ਹੋਵੇਗਾ।
ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਅਜਿਹਾ ਕੁਝ ਚੱਲਦਾ ਰਹਿੰਦਾ ਤਾਂ ਜਿਹੜੀਆਂ ਤੇਲ ਦੀਆਂ ਕੀਮਤਾਂ ਨੇ ਜਿਵੇਂ ਸੋਸ਼ਲ ਮੀਡੀਆ ਵੱਖੋ ਵੱਖ ਜਿਹੜੀਆਂ ਏਜੰਸੀਆਂ ਨੇ ਖਬਰ ਏਜੰਸੀਆਂ ਜਾਂ ਹੋਰ ਸੋਸ਼ਲ ਮੀਡੀਆ 'ਤੇ ਜਾਂ ਟੀ ਵੀ ਚੈਨਲਾਂ ਆਦਿ ਤੋਂ ਕੁੱਲ ਮਿਲਾ ਕੇ ਇਹੀ ਵੇਖਣ ਦੇ ਵਿੱਚ ਆ ਰਿਹਾ ਕਿ ਭਾਰਤ ਦੇ ਵਿੱਚ ਇਹ ਕੀਮਤਾਂ ਲਗਾਤਾਰ ਡਿੱਗ ਸਕਦੀਆਂ ਨੇ ਅਤੇ 40-50 ਰੁਪਏ ਪ੍ਰਤੀ ਲੀਟਰ ਦੇ ਉੱਪਰ ਆ ਸਕਦੀਆਂ ਨੇ। ਸੋ ਦੋਸਤੋ ਦਿਓ ਇਜਾਜ਼ਤ, ਬਹੁਤ ਬਹੁਤ ਧੰਨਵਾਦ।